स्वागत है किसान वीरो सिदक डेयरी फार्मिंग दे विच। किसान वीरो अज जिहड़ी वीडियो बना रहे हैं पिंड झखड़ वाला, ये पिंड फरीदकोट जिले का नेड़े, इहदे जैतो भी नेड़ है, बाजाखाना भी नेड़ है, तो बरगाड़ी भी नेड़ है। सो झखड़ वाला पिंड दे विचों वीडियो बना रहे हैं, तो जिहड़े घर चों वीडियो बना रहे हैं दसो बाई जी होरी सिर्फ घर दुध पीण वास्ते रख लो, तो जां इक शौक जिहा हुंदा वी घर पशु रखने है तां ही ये नग घर रखे है, पर एक एक करके पशु जो वधदे है उदों आइडिया नहीं हुंदा वी किन्नी छेती किन्ने क पशु वध जांदे है। अज भी तुसीं नग काफ़ी सारे देखोगे, तो इन्हां दे विचों आने वाले टाइम च एक गां भी बाई ने सेल करनी है, डिटेल थोड़ी बहुत ही पुछ लाँगे, पर कच्ची है हजे टाइम लैंदी है सून च, वेचनी है बाई ने दुध वास्ते परली गां, इस टाइम ताज़ी सूई भी है। ये तो बिना एक झोटी गब्बण हो गई है पर हजे कन्फर्म नहीं हुई, वेचनी ये भी है बाई कहिंदा वी, पर आपां कन्फर्म करके वेचांगे फिर भी जानकारी लै लाँगे। मझ गब्बण आ दोस्तों, चंगे दुध वाली ये घर रखी हुई है। ये तो अगे एक नीलीरा भी नसल च पैंदी छोटी लत्त वाली मझ है, ये भी विकाऊ है, ये नेड़ है, वीडियो च इहदा रेट भी होगा। एक इधर झोटी तुसीं देख रहे हो होर बहुत सोहनी तैयार हो रही है, ये भी सून दे नेड़ है, इहदा भी रेट जिहड़ा उह वीडियो च बाई कहिंदा करांगे। बाकी नग जिहड़े उह जे जिहड़ियां दो झोटियां ये घर वीर ने रखणियां मझ ते गां दे नाल, एक कट्टी जिहड़ी बैठी देख रहे हो तुसीं बल्ले मत्थे वाली, ये जिहड़ी झोटी तोकड़ है उहदे नाल ये चली जाणी है जदों वी बाई उह झोटी नूं वेचूगा। सो नाग आज की वीडियो चार दिखा दिना, तुम आपकी पसंद का पशु आके खरीदो जे, नंबर स्क्रीन पर चलूगा। आम पशु पालक वीर है, रेट मार्केट नहीं ध्यान च होंगी, मैं पहला भी ये कुछ वीडियो इदा का जिक्र किया, क्योंकि हरेक वीर चाहता जी वो चीज़ संभाले वो चार रुपए उन्होंने चंगे वटे जाने, तो उस हिसाब से मुल रखता, पर जिन्हू जचदा रेट जो ला के तुम देख सकते हो। आओ शुरुआत करते हैं, पहला आप इधरों मझ तो शुरू कर लें, दसो ਤੁਹਾਨੂੰ ਮੱਝ ਦਿਖਾ ਦਿੰਦੇ ਬਾਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਾਮ ਦੱਸਿਓ ਵੀਰ। ਪਿੰਦਾ ਜੀ। ਪਿੰਦੇ ਬਾਈ, ਸ਼ੌਂਕ ਕਰਕੇ ਹੀ ਮੇਰੇ ਖਿਆਲ 'ਚ ਵੱਧ ਜਾਂਦੇ ਆ ਪਸ਼ੂ, ਹਨਾ ਜ਼ਿਆਦਾ? ਬਸ ਇੱਕ ਕਰਕੇ ਜ਼ਿਆਦਾ ਹੋ ਗਏ ਜੀ। ਠੀਕ ਹੈ, ਹੁਣ ਫਿਰ ਘਟਾ ਦੇਣੇ ਆ ਫਿਰ ਇੱਕ ਵਾਰ? ਹਾਂਜੀ, ਘੱਟ ਕਰਾਂਗੇ ਝੋਨੇ ਦਾ ਕੰਮ ਜਾਂ ਵਿੱਚ। ਠੀਕ ਹੈ, ਜਿਹੜੀ ਅੱਜ ਇਹ ਮੱਝ ਵੇਚਣ ਲੱਗੇ ਹੋ ਕਿਹੜੇ ਏਰੀਏ 'ਚੋਂ ਖਰੀਦੀ ਸੀ? ਇਹ ਇੱਥੇ ਬਠਿੰਡੇ ਏਰੀਏ 'ਚੋਂ ਲਈ ਸੀ ਜੀ ਆਪਾਂ। ਅੱਛਾ, ਵਪਾਰੀ ਕੋਲੇ। ਵਪਾਰੀ ਤੋਂ ਲਈ ਸੀ। ਠੀਕ ਹੈ, ਹੁਣ ਇਹ ਕਿੰਨ ਮਸੂਆ ਸੂਣ ਲਿਆ? ਇਹ ਤੀਜਾ ਜੀ। ਜਦੋਂ ਖਰੀਦੀ ਸੀ ਉਦੋਂ ਸੱਜਰ ਸੀ ਜਾਂ ਤੋਕੜ? ਤੋਕੜ ਸੀ ਜੀ। ਤੋਕੜ ਸੀ? ਹਾਂਜੀ। ਕਿੰਨਾ ਕੁ ਦੁੱਧ ਸੀਗਾ ਬਾਈ ਤੋਕੜ? ਮਤਲਬ 5 ਮਹੀਨੇ ਦੀ ਗੱਬਣ ਸੀ ਤੇ 10 ਲੀਟਰ ਦੁੱਧ ਦਿੰਦੀ ਸੀ। 5 ਮਹੀਨੇ ਦੀ ਗੱਬਣ ਥੱਲੇ 10 ਲੀਟਰ ਦੁੱਧ ਸੀਗਾ? ਆਕਟੀ ਸੀ ਉਹਦੇ ਮਗਰ ਜਿਹੜੀ ਉਹ ਪਰਲੇ ਪਾਸੇ ਖੜੀ ਹੈ ਬੱਲੀ। ਠੀਕ ਹੈ। ਅੱਛਾ ਬਾਈ, ਹੁਣ ਦਿਨ ਕਿੰਨੇ ਕੁ ਲੈ ਜੂਗੀ? ਹੁਣ ਦਿਨ ਲੈ ਜੂ ਹੋਏ ਜੀ 5-7 ਦਿਨ ਲੈ ਜੂ ਤਕਰੀਬਨ। ਕੀ ਰੇਟ ਰੱਖਦੇ ਹੋ? 1.20 ਹੈ ਜੀ ਇਹਦਾ ਰੇਟ। ਤੋਰ ਕੇ ਬਾਈ। ਸੋ ਦੋਸਤੋ, ਡਿਮਾਂਡ 1,20,000 ਦੀ, 5 ਤੋਂ 7 ਦਿਨ ਲੈ ਸਕਦੀ ਹੈ। 5 ਮਹੀਨਿਆਂ ਦੀ ਗੱਬਣ ਸੀ ਅਤੇ ਦੁੱਧ 10 ਕਿਲੋ ਦਿੰਦੀ ਸੀ। ਤੋਕੜ ਗੱਬਣ ਖਰੀਦੀ ਸੀ ਬਾਈ ਨੇ। ਐਤਕੀ ਸੂਆ ਵੀਰ ਕਹਿੰਦਾ ਵੀ ਤੀਜਾ, ਕੱਦ ਬਾਹਲਾ ਵੱਡਾ ਨਹੀਂ, ਪਿੱਠ ਪੁੜਾ ਸੋਹਣਾ। ਹਵਾਨੇ ਦੀ ਗੱਲ ਕਰੀਏ ਤਾਂ ਉਹ ਵੀ ਚੰਗਾ ਦਿਸਦਾ, ਦੱਸੋ ਅਗਾੜੀ ਵੀ ਸੋਹਣੀ ਹੈ, ਦੁੱਧ ਵਾਲੀ ਮੱਝ ਹੈ, ਪਰ ਕੱਦ ਬਾਰੇ ਇਸ ਕਰਕੇ ਕਮੈਂਟ ਕਰ ਦੇਈਦਾ ਵੀ ਕਈ ਵਾਰ ਆਏ ਨੂੰ ਕਿਸੇ ਵੀਰ ਨੂੰ ਉੱਪਰ ਆਉਣਾ ਪਸ਼ੂ ਲੱਗੇ। ਕੱਦ ਇਹ ਦਰਮਿਆਨੇ 'ਚ ਹੀ ਹੈ, ਢਾਂਚੇ ਬਹੁਤ ਸੋਹਣੇ ਦੀ ਮੱਝ ਹੈ, ਬਾਕੀ ਸਿੰਗ ਇਹਦਾ ਦੱਸੋ ਜਚਦਾ ਹੈ ਪੂਰਾ, ਇਹਨੂੰ ਕੁੰਡਾ ਸਮਝ ਲਓ ਅਤੇ ਇਹਨੂੰ ਥੋੜ੍ਹਾ ਬਹੁਤਾ ਖੁੱਲ੍ਹਾ ਸਮਝ ਲਓ ਜੇ ਉਹ ਤੁਸੀਂ ਦੇਖਣਾ। ਹਵਾਨਾ ਜਿਹੜਾ ਉਹ ਮੱਝ ਸੋਹਣਾ ਦਿਖਾਉਂਦੀ ਹੈ, ਨਸਲ ਨੀਲੀਰਾ ਵੀ 'ਚ ਹੈ। ਉਮੀਦ ਹੈ ਇਸ ਵਾਰ ਵੀ ਚੰਗਾ ਦੁੱਧ ਦੇਊਗੀ ਜਿਵੇਂ ਪਿਛਲੀ ਵਾਰ ਇਹਨੇ ਦਿੱਤਾ। ਬਹੁਤ ਸੋਹਣੀ ਅੱਖ ਦੋਸਤੋ, ਮਣਕੀ ਅੱਖ ਜਿਹੜੀ ਚਿੱਟੀ ਅੱਖ ਹੁੰਦੀ ਹੈ ਨੀਲਾ ਸੈਂਟਰ, ਸੋ ਉਹ ਅੱਖ ਇਸ ਮੱਝ ਦੀ, ਸੋਹਣਾ ਢਾਂਚਾ ਹੈ। ਸੋ ਇਹਦਾ ਰੇਟ 1,20,000, ਇਹ ਤੋਂ ਬਿਨਾਂ ਇੱਕ ਇੱਧਰ ਝੋਟੀ ਹੋਰ ਵਿਕਾਊ ਹੈ। ਬਾਈ ਇਹਦੀ ਡਿਟੇਲ ਦੱਸ ਦੀ, ਕਿੰਨ ਮਸੂਆ ਹੈ? ਇਹ ਪਹਿਲਾ ਹੀ ਹੈ ਜੀ। ਦੰਦੋ ਕਿਵੇਂ? 4 ਦੰਦ ਹੈ ਜੀ। ਦਿਨ ਕਿੰਨੇ ਲਊਗੀ? ਦਿਨ ਇਹਦੇ 5 ਤਰੀਕ ਨੂੰ ਪੂਰੇ ਜੀ। 5 ਤਰੀਕ ਨੂੰ, ਹਜੇ ਤਾਂ ਫਿਰ ਇਹਦੇ ਦਿਨ ਤਾਂ ਅਜੇ 10 ਨਹੀਂ ਪਏ। 9 ਦਿਨ ਪਏ ਜੀ। ਠੀਕ ਹੈ, ਕੀ ਰੇਟ ਕਰਦੇ ਹੋ ਤਾਂ ਬਾਈ? ਇਹਦਾ 1,15 ਜੀ। ਤੋਰੇ ਨੂੰ ਵੀ। ਸੋ ਦੋਸਤੋ 1,15,000 ਰੇਟ, 75-77 ਹਾਂਜੀ ਹਾਂਜੀ। ਠੀਕ ਹੈ। ਉਹ ਦੱਸੋ ਇਹ ਹਵਾਨਾ ਤੁਸੀਂ ਦੇਖੋਗੇ ਸੋਹਣਾ ਦਿਖਾ ਰਹੀ ਹੈ ਝੋਟੀ, ਹਜੇ ਪਹਿਲਣ ਸੋਹਣੀ ਹੈ ਅਤੇ 10 ਦਿਨ ਪਏ ਆ ਘੱਟੋ ਘੱਟ। 4 ਦੰਦ ਆ ਮੂੰਹ ਦੇ ਵਿੱਚੋਂ, ਸਿੰਗ ਕੁੰਡਿਆਂ ਦੀ ਹੈ, ਮੀਡੀਅਮ ਹਾਈਟ ਹੈ। 75-77 ਬੁੱਲ ਤੋਂ ਇਹ ਗੱਬਣ ਹੈ, ਪਹਿਲਣ ਇਹ ਝੋਟੀ, 4 ਦੰਦ ਮੂੰਹ ਦੇ ਵਿੱਚੋਂ। ਥੋੜ੍ਹਾ ਜਿਹਾ ਉੱਪਰੇ ਬੰਦੇ ਤੋਂ ਪਸ਼ੂ ਜ਼ਰੂਰ ਡਰਦਾ ਦੱਸੋ, ਛੋਟਾ ਸਿੰਗ ਹੈ ਬਿਲਕੁਲ ਦੱਸੋ, ਅਤੇ ਥਾਣੇ ਨੇ ਬਹੁਤ ਸੋਹਣਾ ਰੱਖਿਆ ਝੋਟੀ ਨੇ,
ਤੁਹਾਨੂੰ ਹਵਾਨਾ ਵੀ ਇਹਦਾ ਦਿਖਾਉਂਗਾ ਕਾਫੀ ਚੌੜਾ ਨਜ਼ਰ ਆਉਂਦਾ ਬਾਈ ਇੱਕ ਵਾਰ ਬੰਨ ਦੂਗਾ ਤਾਂ ਫਿਰ ਤੁਹਾਨੂੰ ਮੈਂ ਇਹਦੇ ਥੋੜ੍ਹਾ ਨੇੜੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰ ਲੂੰਗਾ ਸੋ ਜਦੋਂ ਸਾਈਡ ਨੂੰ ਜਾਊ ਬਾਈ ਤੋ ਪੈਰ ਨਾ ਮੈਦੇ ਇੱਧਰ ਨੂੰ ਕਈ ਰਹਿਣਾ ਪਸ਼ੂ ਡਰ ਜਾਂਦਾ ਹੁੰਦਾ ਸੋ ਦੱਸੋ ਤੁਸੀਂ ਇਹਦਾ ਦੇਖੋ ਹਵਾਨਾ ਜਦੋਂ ਇਹ ਹੁਣ ਪੈਰ ਪੱਟੂਗੀ ਆਪਦਾ ਤਾਂ ਉਦੋਂ ਤੁਸੀਂ ਦੇਖ ਲਓਗੇ ਸਿੰਘੇ ਕੁੰਡਿਆਂ ਦੀ ਹੈ ਕੇਰਾਂ ਡਰੀ ਜੇ ਖੜੀ ਆ ਉੱਥੇ ਸੋ ਹੁਣ ਦੱਸੋ ਸਾਈਡ ਨੂੰ ਜਾਊਗੀ ਤਾਂ ਤੁਸੀਂ ਇਹਦਾ ਹਵਾਨਾ ਦੇਖ ਲਓਗੇ 1,15,000 ਇਹਦਾ ਰੇਟ ਬਾਈ ਨੇ ਕੀਤਾ ਥਣ ਚਾਰੇ ਸੋਹਣੇ ਆ ਅਤੇ ਢਾਂਚਾ ਤੁਹਾਡੇ ਸਾਹਮਣੇ ਹੈ ਇਹਤੋਂ ਬਿਨਾਂ ਇੱਕ ਇੱਧਰ ਮੱਝ ਖੜੀ ਹੈ ਜਿਹੜੀ ਬਾਈ ਦੱਸਦਾ ਸੀ ਵੇਚਾਂਗੇ ਪਿੰਦੇ ਬਾਈ ਇਹ ਹੁਣੀ ਖਰੀਦੀ ਸੀ ਹੁਣੀ ਮਹੀਨਾ ਹੋ ਗਿਆ ਲੈ ਠੀਕ ਹੈ ਟੀਕਾ ਲਵਾਇਆ ਬੈਲੇ ਕਿੰਨਾ ਚਿਰ ਹੋ ਗਿਆ ਬਾਈ ਟੀਕਾ ਲਵਾਏ ਨੂੰ ਮਹੀਨਾ ਹੀ ਹੋ ਗਿਆ ਜੀ 1 ਮਹੀਨਾ ਹੋ ਗਿਆ ਜੇ ਚੈੱਕ ਚ ਤਾਂ ਫਰੇ ਆਉਂਦੀ ਨਹੀਂ ਹੈ ਨਾ ਨਹੀਂ ਜੀ ਦੁੱਧ ਹੁਣ ਕਿੰਨਾ ਕੁ ਦਿੰਦੀ ਹੈ ਦੁੱਧ 5 ਲੀਟਰ ਹੈ ਦੋਨਾਂ ਡੰਗਾਂ ਦਾ ਦੋਨੇ ਡੰਗ ਮਿਲਦੀ ਹੈ ਕੱਟੀ ਤੇ ਮਿਲਦੀ ਹੈ ਕੱਟੀ ਦੀ ਹੋ ਬੈਠੀ ਠੀਕ ਹੈ ਰੇਟ ਕੀ ਰੱਖੋਗੇ ਦਾ ਰੇਟ ਕਰ ਲਾਂਗੇ ਫੋਨ ਤੇ ਠੀਕ ਹੈ ਸੋ ਦੱਸੋ ਜੇ ਪਸੰਦ ਆਉਂਦੀ ਹੈ ਦੁੱਧ 5 ਕਿਲੋ ਦੇ ਰਹੀ ਹੈ ਦੋਵਾਂ ਟਾਈਮਾਂ ਦਾ ਕੱਟੀ ਨਾਲ ਹੈ ਤੇ ਇਹ 1 ਮਹੀਨਾ ਹੋਇਆ ਏ ਆਈ ਹੋਈ ਨੂੰ ਪਰ ਗੱਭਣ ਚ ਨਹੀਂ ਆਉਂਦੀ ਚੈੱਕ ਪਾਸ ਚ ਨਹੀਂ ਹੈ ਉਮੀਦ ਇਹੀ ਹੈ ਵੀ ਗੱਭਣ ਹੋਊਗੀ ਇੱਕ ਗਾਂ ਜਿਹੜੀ ਬਾਈ ਨੇ ਵੇਚਣੀ ਹੈ ਬਾਈ ਇਹ ਕਿੰਨਾ ਮਹਿਸੂਸ ਹੋਊ ਇਹ ਤੀਜਾ ਸੋਣੀ ਹੈ ਜੀ ਕਿੰਨਾ ਟਾਈਮ ਲੈ ਜੂ ਮੈਂ ਹੁਣ ਤਾਂ ਇਹ ਲਾਉਣ ਲੱਗ ਗਈ ਠੀਕ ਹੈ 10-15 ਦਿਨਾਂ ਵਿੱਚ ਸੁੱਕੂ ਇਹ ਆਇਆ ਪਰ ਤੋਕੜ ਲਈ ਸੀ ਉਹਦਾ ਠੀਕ ਹੈ ਦੁੱਧ ਦੀ ਕਮੀ ਸੀ ਉਦੋਂ ਬੰਦਾ ਦੱਸਦਾ ਉਦੋਂ 10 ਕੁ ਲੀਟਰ ਦਿੰਦੀ ਸੀ ਤੇ ਬੰਦਾ ਆਉਂਦਾ ਸੀਗਾ 17 ਲੀਟਰ ਦੁੱਧ ਦਿੰਦੀ ਸੀ ਠੀਕ ਹੈ ਬਾਈ ਤੇ ਕੀ ਰੇਟ ਕਰੋਗੇ ਇਹਦਾ ਇਹਦਾ ਵੀ ਫੋਨ ਤੇ ਕਰ ਲਾਂਗੇ ਤੋੜ ਦਈਏ ਥੋੜੀ ਜਿਹੀ ਤੋੜ ਦਿੰਦੇ ਸੋ ਦੱਸੋ ਰੇਟ ਇਹਦਾ ਫੋਨ ਤੇ ਰਹੂਗਾ ਦੁੱਧ ਲਾਉਣਾ ਸ਼ੁਰੂ ਕਰਤਾ ਪਰ ਤੋਕੜ ਖਰੀਦੀ ਸੀ ਉਹਦੇ ਕਰਕੇ ਦਿਨ ਨਹੀਂ ਕਨਫਰਮ ਵੀ ਇਹ ਕਿੰਨੇ ਲਊਗੀ ਹਜੇ ਦੁੱਧ ਇਹ ਹੁਣ ਲਾਉਂਦੀ ਹੁੰਦੀ ਹੈ ਸਾਈਵਾਲ ਕ੍ਰੋਸ ਹੈ ਰੰਗ ਬਹੁਤ ਸੋਹਣਾ ਥਣ ਸੋਹਣੇ ਹੈ ਹਵਾਨਾ ਜਿਹੜਾ ਇਹਨੇ ਹਜੇ ਬਣਾਉਣਾ ਹੀ ਸ਼ੁਰੂ ਕੀਤਾ ਲਿਆਓ ਵਾਪਸ ਬਾਈ ਸੋ ਇਹ ਗਾਂ ਵੀ ਦੋਸਤੋ ਵੇਚਣੀ ਹੈ ਬਾਈ ਨੇ ਇਹ ਤੋਂ ਬਿਨਾਂ ਦੋ ਤੁਹਾਨੂੰ ਮੱਝਾਂ ਦਿਖਾਤੀਆਂ ਨਾਗਾ ਜੀ ਦੀ ਵੀਡੀਓ 'ਚ 4 ਦਿਖਾਤੇ ਹੈ ਜਿਹੜੇ ਨੇੜ ਸੀ ਉਹਨਾਂ ਦਾ ਰੇਟ ਵੀਡੀਓ 'ਚ ਕਰਤਾ ਅਤੇ ਜਿਹੜੇ ਪਸ਼ੂ ਹਜੇ ਕੱਚੇ ਆ ਉਹਨਾਂ ਦਾ ਰੇਟ ਫੋਨ ਦੇ ਉੱਤੇ ਤੁਸੀਂ ਪੁੱਛ ਲਓ ਜੇ ਪਸ਼ੂ ਕਿਤੋਂ ਵੀ ਖਰੀਦੋ ਤੁਹਾਡਾ ਹੱਕ ਹੁੰਦਾ ਤੁਸੀਂ ਪੈਸੇ ਲਾਉਣੇ ਆਪਦੀ ਤਸੱਲੀ ਕਰੋ ਮਾਲਕ ਦੇ ਘਰੇ ਸਾਹ ਵਾਲੀ ਚੀਜ਼ ਹੈ ਜਦੋਂ ਇੱਕ ਵਾਰ ਆਪਦੀ ਤਸੱਲੀ ਦੇ ਨਾਲ ਆਪਦੀ ਰੀਝ ਨਾਲ ਖਰੀਦ ਲੈਂਦੇ ਹੋ ਤਾਂ ਉਦੋਂ ਅੱਗੇ ਤੁਹਾਡੀ ਆਪਣੀ ਕਿਸਮਤ ਹੁੰਦੀ ਹੈ ਵੀ ਉਹ ਪਸ਼ੂ 'ਚੋਂ ਤੁਸੀਂ ਕਿੱਦਾਂ ਦਾ ਪ੍ਰੋਫਿਟ ਲੈਂਦੇ ਹੋ ਸੋ ਨਾਗ ਅੱਜ ਦੀ ਵੀਡੀਓ 'ਚ ਇਹੀ ਵਿਕਰੀ ਵਾਲੇ ਸੀਗੇ 4 ਧੰਨਵਾਦ ਦੋਸਤੋ ਵੀਡੀਓ ਦੇਖਣ ਲਈ